ਲੜਕੀਆਂ ਚਾਰ ਸੀਗੀਆਂ ਲੜਕੇ ਤਿੰਨ ਸੀਗੇ ਅਸੀਂ ਐਸ ਐਸ ਟੀ ਨਗਰ 'ਤੇ ਗਸ਼ਤ ਕਰ ਰਹੇ ਸੀ ਉੱਥੋਂ ਸਾਨੂੰ ਸੂਚਨਾ ਮਿਲੀ ਸੀਗੀ ਵੀ ਇੱਦਾਂ ਕਰਕੇ ਲੜਕੀ ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਉੱਥੇ ਰੇਡ ਕੀਤੀ ਉੱਥੇ ਲੜਕੀਆਂ ਅਤੇ ਲੜਕੇ ਸਾਨੂੰ ਮਿਲ ਗਏ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਜਾਰੀ ਆ ਉਹਨਾਂ ਦਾ ਰਿਮਾਂਡ ਲਿਆ ਅਤੇ ਅੱਗੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇੱਕ ਦਿਨ ਦਾ ਰਿਮਾਂਡ ਮਿਲਿਆ ਉਸਨੂੰ ਜੁਡੀਸ਼ੀਅਲੀ ਭੇਜ ਦਿੱਤਾ ਅੱਗੇ ਸਾਡੀ ਤਫਤੀਸ਼ ਜਾਰੀ ਪਤਾ ਕਿੰਨੇ ਟਾਈਮ ਤੋਂ ਕਰ ਰਹੀ ਸੀ ਬਾਕੀ ਉਹਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਹੋਰ ਪਤਾ ਲੱਗੂਗਾ ਵੀ ਉਹਨਾਂ ਨੇ ਹੋਰ ਕਿੰਨੇ ਪਰਦੇ ਵਗੈਰਾ ਕੁਛ ਲਾਏ ਆ ਕੋਈ ਨਾਬਾਲਗ ਵਿੱਚ ਹੈ ਉਹ ਵੀ ਹੈ ਨਹੀਂ ਨਾਬਾਲਗ ਲੜਕੀਆਂ ਨੇ ਸਾਰੇ ਬਾਲਗ ਨੇ ਲੜਕੀਆਂ ਚਾਰ ਸੀਗੀਆਂ ਲੜਕੇ ਤਿੰਨ ਸੀਗੇ ਅਸੀਂ ਐਸ ਐਸ ਟੀ ਨਗਰ 'ਤੇ ਗਸ਼ਤ ਕਰ ਰਹੇ ਸੀ ਉੱਥੋਂ ਸਾਨੂੰ ਸੂਚਨਾ ਮਿਲੀ ਸੀਗੀ ਵੀ ਇੱਦਾਂ ਕਰਕੇ ਲੜਕੀ ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਉੱਥੇ ਰੇਡ ਕੀਤੀ ਉੱਥੇ ਲੜਕੀਆਂ ਅਤੇ ਲੜਕੇ ਸਾਨੂੰ ਮਿਲ ਗਏ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਜਾਰੀ ਆ ਉਹਨਾਂ ਦਾ ਰਿਮਾਂਡ ਲਿਆ ਅਤੇ ਅੱਗੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇੱਕ ਦਿਨ ਦਾ ਰਿਮਾਂਡ ਮਿਲਿਆ ਉਸਨੂੰ ਜੁਡੀਸ਼ੀਅਲੀ ਭੇਜ ਦਿੱਤਾ ਅੱਗੇ ਸਾਡੀ ਤਫਤੀਸ਼ ਜਾਰੀ ਪਤਾ ਕਿੰਨੇ ਟਾਈਮ ਤੋਂ ਕਰ ਰਹੀ ਸੀ ਬਾਕੀ ਉਹਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਹੋਰ ਪਤਾ ਲੱਗੂਗਾ ਵੀ ਉਹਨਾਂ ਨੇ ਹੋਰ ਕਿੰਨੇ ਪਰਦੇ ਵਗੈਰਾ ਕੁਛ ਲਾਏ ਆ ਕੋਈ ਨਾਬਾਲਗ ਵਿੱਚ ਹੈ ਉਹ ਵੀ ਹੈ ਨਹੀਂ ਨਾਬਾਲਗ ਲੜਕੀਆਂ ਨੇ ਸਾਰੇ ਬਾਲਗ ਨੇ ਲੜਕੀਆਂ ਚਾਰ ਸੀਗੀਆਂ ਲੜਕੇ ਤਿੰਨ ਸੀਗੇ ਅਸੀਂ ਐਸ ਐਸ ਟੀ ਨਗਰ 'ਤੇ ਗਸ਼ਤ ਕਰ ਰਹੇ ਸੀ ਉੱਥੋਂ ਸਾਨੂੰ ਸੂਚਨਾ ਮਿਲੀ ਸੀਗੀ ਵੀ ਇੱਦਾਂ ਕਰਕੇ ਲੜਕੀ ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਉੱਥੇ ਰੇਡ ਕੀਤੀ ਉੱਥੇ ਲੜਕੀਆਂ ਅਤੇ ਲੜਕੇ ਸਾਨੂੰ ਮਿਲ ਗਏ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਜਾਰੀ ਆ ਉਹਨਾਂ ਦਾ ਰਿਮਾਂਡ ਲਿਆ ਅਤੇ ਅੱਗੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇੱਕ ਦਿਨ ਦਾ ਰਿਮਾਂਡ ਮਿਲਿਆ ਉਸਨੂੰ ਜੁਡੀਸ਼ੀਅਲੀ ਭੇਜ ਦਿੱਤਾ ਅੱਗੇ ਸਾਡੀ ਤਫਤੀਸ਼ ਜਾਰੀ ਪਤਾ ਕਿੰਨੇ ਟਾਈਮ ਤੋਂ ਕਰ ਰਹੀ ਸੀ ਬਾਕੀ ਉਹਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਹੋਰ ਪਤਾ ਲੱਗੂਗਾ ਵੀ ਉਹਨਾਂ ਨੇ ਹੋਰ ਕਿੰਨੇ ਪਰਦੇ ਵਗੈਰਾ ਕੁਛ ਲਾਏ ਆ ਕੋਈ ਨਾਬਾਲਗ ਵਿੱਚ ਹੈ ਉਹ ਵੀ ਹੈ ਨਹੀਂ ਨਾਬਾਲਗ ਲੜਕੀਆਂ ਨੇ ਸਾਰੇ ਬਾਲਗ ਨੇ ਲੜਕੀਆਂ ਚਾਰ ਸੀਗੀਆਂ ਲੜਕੇ ਤਿੰਨ ਸੀਗੇ ਅਸੀਂ ਐਸ ਐਸ ਟੀ ਨਗਰ 'ਤੇ ਗਸ਼ਤ ਕਰ ਰਹੇ ਸੀ ਉੱਥੋਂ ਸਾਨੂੰ ਸੂਚਨਾ ਮਿਲੀ ਸੀਗੀ ਵੀ ਇੱਦਾਂ ਕਰਕੇ ਲੜਕੀ ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਉੱਥੇ ਰੇਡ ਕੀਤੀ ਉੱਥੇ ਲੜਕੀਆਂ ਅਤੇ ਲੜਕੇ ਸਾਨੂੰ ਮਿਲ ਗਏ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਜਾਰੀ ਆ ਉਹਨਾਂ ਦਾ ਰਿਮਾਂਡ ਲਿਆ ਅਤੇ ਅੱਗੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇੱਕ ਦਿਨ ਦਾ ਰਿਮਾਂਡ ਮਿਲਿਆ ਉਸਨੂੰ ਜੁਡੀਸ਼ੀਅਲੀ ਭੇਜ ਦਿੱਤਾ ਅੱਗੇ ਸਾਡੀ ਤਫਤੀਸ਼ ਜਾਰੀ ਪਤਾ ਕਿੰਨੇ ਟਾਈਮ ਤੋਂ ਕਰ ਰਹੀ ਸੀ ਬਾਕੀ ਉਹਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਹੋਰ ਪਤਾ ਲੱਗੂਗਾ ਵੀ ਉਹਨਾਂ ਨੇ ਹੋਰ ਕਿੰਨੇ ਪਰਦੇ ਵਗੈਰਾ ਕੁਛ ਲਾਏ ਆ ਕੋਈ ਨਾਬਾਲਗ ਵਿੱਚ ਹੈ ਉਹ ਵੀ ਹੈ ਨਹੀਂ ਨਾਬਾਲਗ ਲੜਕੀਆਂ ਨੇ ਸਾਰੇ ਬਾਲਗ ਨੇ ਲੜਕੀਆਂ ਚਾਰ ਸੀਗੀਆਂ ਲੜਕੇ ਤਿੰਨ ਸੀਗੇ ਅਸੀਂ ਐਸ ਐਸ ਟੀ ਨਗਰ 'ਤੇ ਗਸ਼ਤ ਕਰ ਰਹੇ ਸੀ ਉੱਥੋਂ ਸਾਨੂੰ ਸੂਚਨਾ ਮਿਲੀ ਸੀਗੀ ਵੀ ਇੱਦਾਂ ਕਰਕੇ ਲੜਕੀ ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਉੱਥੇ ਰੇਡ ਕੀਤੀ ਉੱਥੇ ਲੜਕੀਆਂ ਅਤੇ ਲੜਕੇ ਸਾਨੂੰ ਮਿਲ ਗਏ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਜਾਰੀ ਆ ਉਹਨਾਂ ਦਾ ਰਿਮਾਂਡ ਲਿਆ ਅਤੇ ਅੱਗੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇੱਕ ਦਿਨ ਦਾ ਰਿਮਾਂਡ ਮਿਲਿਆ ਉਸਨੂੰ ਜੁਡੀਸ਼ੀਅਲੀ ਭੇਜ ਦਿੱਤਾ ਅੱਗੇ ਸਾਡੀ ਤਫਤੀਸ਼ ਜਾਰੀ ਪਤਾ ਕਿੰਨੇ ਟਾਈਮ ਤੋਂ ਕਰ ਰਹੀ ਸੀ ਬਾਕੀ ਉਹਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਹੋਰ ਪਤਾ ਲੱਗੂਗਾ ਵੀ ਉਹਨਾਂ ਨੇ ਹੋਰ ਕਿੰਨੇ ਪਰਦੇ ਵਗੈਰਾ ਕੁਛ ਲਾਏ ਆ ਕੋਈ ਨਾਬਾਲਗ ਵਿੱਚ ਹੈ ਉਹ ਵੀ ਹੈ ਨਹੀਂ ਨਾਬਾਲਗ ਲੜਕੀਆਂ ਨੇ ਸਾਰੇ ਬਾਲਗ ਨੇ ਲੜਕੀਆਂ ਚਾਰ ਸੀਗੀਆਂ ਲੜਕੇ ਤਿੰਨ ਸੀਗੇ ਅਸੀਂ ਐਸ ਐਸ ਟੀ ਨਗਰ 'ਤੇ ਗਸ਼ਤ ਕਰ ਰਹੇ ਸੀ ਉੱਥੋਂ ਸਾਨੂੰ ਸੂਚਨਾ ਮਿਲੀ ਸੀਗੀ ਵੀ ਇੱਦਾਂ ਕਰਕੇ ਲੜਕੀ ਕੋਈ ਜਿਸਮ ਫਰੋਸ਼ੀ ਦਾ ਧੰਦਾ ਕਰ ਰਹੇ ਨੇ ਘਰ ਦੇ ਵਿੱਚ ਅਸੀਂ ਉੱਥੇ ਰੇਡ ਕੀਤੀ ਉੱਥੇ ਲੜਕੀਆਂ ਅਤੇ ਲੜਕੇ ਸਾਨੂੰ ਮਿਲ ਗਏ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਜਾਰੀ ਆ ਉਹਨਾਂ ਦਾ ਰਿਮਾਂਡ ਲਿਆ ਅਤੇ ਅੱਗੇ ਅਸੀਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਇੱਕ ਦਿਨ ਦਾ ਰਿਮਾਂਡ ਮਿਲਿਆ ਉਸਨੂੰ ਜੁਡੀਸ਼ੀਅਲੀ ਭੇਜ ਦਿੱਤਾ ਅੱਗੇ ਸਾਡੀ ਤਫਤੀਸ਼ ਜਾਰੀ ਪਤਾ ਕਿੰਨੇ ਟਾਈਮ ਤੋਂ ਕਰ ਰਹੀ ਸੀ ਬਾਕੀ ਉਹਨਾਂ ਦਾ ਰਿਮਾਂਡ ਲਿਆ ਗਿਆ ਉਸ ਤੋਂ ਹੋਰ ਪਤਾ ਲੱਗੂਗਾ ਵੀ ਉਹਨਾਂ ਨੇ ਹੋਰ ਕਿੰਨੇ ਪਰਦੇ ਵਗੈਰਾ ਕੁਛ ਲਾਏ ਆ ਕੋਈ ਨਾਬਾਲਗ ਵਿੱਚ ਹੈ ਉਹ ਵੀ ਹੈ ਨਹੀਂ ਨਾਬਾਲਗ ਲੜਕੀਆਂ ਨੇ ਸਾਰੇ ਬਾਲਗ ਨੇ